अगला मुद्दा रमन जी, ये एक गंभीर मुद्दा है। आपां देख रहे हैं भी कच्चे तेल दियां कीमतां पिछले कई हफ्तियां तो हुण तकरीबन अस्थिर आ, 100 तों थले भी जिहड़ियां उह आउंदियां रहियां, पर डीजल दे गैस दे प्राइस उह असमानों जिहड़े उह पार होई जांदे आ। नाल उस दे विच समस्या इह जुड़ के आ गई भी नॉर्थ ईस्ट वाले पासे जिहड़ी इनवेंटोरी हुंदी डीजल दी ਉਹ ਕਾਫੀ ਜ਼ਿਆਦਾ ਜਿਹੜੀ ਉਹ ਘਟ ਗਈ ਹੈਗੀ ਆ। ਜੀ ਬਿਲਕੁਲ, ਇਸ ਵੇਲੇ ਇਹ ਵੀ ਇੱਕ ਬੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿ ਜਿਹੜੀ ਇਨਵੈਂਟੋਰੀ ਹੈਗੀ ਆ ਉਹ ਘਟ ਰਹੀ ਹੈਗੀ ਆ। ਜਿਹੜੀ ਇਨਵੈਂਟੋਰੀ ਈਸਟ ਕੋਸਟ ਦੇ ਉੱਤੇ ਆਲਮੋਸਟ ਇਹਨਾਂ ਮਹੀਨਿਆਂ ਦੇ ਵਿੱਚ, ਮਈ ਦੇ ਮਹੀਨੇ ਚ 62 million ਬੈਰਲ ਦੀ ਇਨਵੈਂਟੋਰੀ ਹੁੰਦੀ ਆ ਉਹਨਾਂ ਦੇ ਕੋਲ ਜਿਹੜਾ ਸਟੋਰ ਹੁੰਦਾ ਆ। ਸੋ ਉਹ ਇਸ ਵੇਲੇ 52 million ਬੈਰਲ ਜਿਹੜਾ ਹੈਗਾ ਆ, ਸੋ 10 million ਬੈਰਲ ਜਿਹੜੇ ਆ ਉਹ ਡਾਊਨ ਹੈਗੇ ਆ, ਉਧਰਲੇ ਘੱਟ ਹੈਗੇ ਆ। ਸੋ ਉਹ ਇੱਕ ਆਉਣ ਵਾਲੇ ਜਿਹੜੇ ਮਹੀਨੇ ਹੈਗੇ ਆ ਉਹਨਾਂ ਦੇ ਵਿੱਚ, ਕਿਉਂਕਿ ਗਰਮੀਆਂ ਉੱਧਰ ਜਦੋਂ ਹੁੰਦੀਆਂ ਤੇ ਉੱਧਰ ਜਿਹੜੀ ਆ ਐਕਟੀਵਿਟੀ ਬਹੁਤ ਵੱਧ ਜਾਂਦੀ ਆ ਹਰ ਇੱਕ ਚੀਜ਼ ਦੀ। ਸੋ ਉਹਦੇ ਲਈ ਜਿਹੜੀਆਂ ਇਸ਼ੂਜ ਆ ਉਹ ਅਗਲੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਿਹੜੀ ਸ਼ੋਰਟੇਜ ਹੈਗੀ ਆ ਉਹ ਹੋ ਸਕਦੀ ਆ ਕਿ ਉੱਥੇ ਸ਼ੋਰਟੇਜ ਸ਼ੁਰੂ ਹੋ ਜਾਵੇ। ਜਿਹੜੇ ਆਪਣੇ ਦੋ ਟਰੱਕ ਸਟਾਪ ਹੈਗੇ ਲਵ ਤੇ ਪਾਇਲਟ ਫਲਾਇੰਗ ਜੇ, ਉਹਨਾਂ ਨੇ ਰਿਪੋਰਟ ਕੀਤਾ ਹੈਗਾ ਆ US ਜਿਹੜੀ ਗਵਰਨਮੈਂਟ ਨੂੰ ਵਾਰਨ ਕੀਤਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਮੀਨੈਂਟ ਫਿਊਲ ਸ਼ੋਰਟੇਜ ਜਿਹੜੀ ਆ ਉਹ ਇਮੀਨੈਂਟ ਹੈਗੀ ਆ, ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਊਲ ਸ਼ੋਰਟੇਜ ਹੋਊਗੀ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਵੀ ਕਾਫੀ ਮਤਲਬ ਕਿ ਡੇਂਜਰਸ ਹੈਗੀ ਆ ਇਸ ਵੇਲੇ, ਕਹਿ ਲਓ ਵੀ ਜਿਹੜੇ ਹਿਸਾਬ ਦੇ ਨਾਲ ਕੰਮ ਚੱਲ ਰਿਹਾ ਹੈਗਾ ਉਸ ਹਿਸਾਬ ਦੇ ਨਾਲ ਤਾਂ ਕਾਫੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਅਸਰ ਪਊਗਾ, ਕਿਉਂਕਿ ਡੀਜ਼ਲ ਦੀ ਪ੍ਰਾਈਸਿਸ ਜਿਹੜੀ ਆ ਅਨਐਕਸਪੈਕਟਡਲੀ ਇਹ ਚੀਜ਼ਾਂ ਜਿਹੜੀਆਂ ਆ ਆਪਾਂ ਨੂੰ ਸਮਝ ਨਹੀਂ ਆ ਰਹੀਆਂ, ਕਿਉਂਕਿ 135 ਦੇ ਲਾਗੇ ਜਦੋਂ ਹੋਇਆ ਸੀਗਾ ਵਾਰ ਸ਼ੁਰੂ ਹੋਈ ਆ ਤੇ ਮੰਨ ਲਿਆ ਵੀ ਉਦੋਂ ਇੱਕਦਮ ਵਧੀ ਆ ਤੇ ਚਲੋ ਪ੍ਰਾਈਸ ਵੱਧ ਗਈ ਆ, ਪਰ ਪਹਿਲਾਂ ਵੀ 135-150 ਦੇ ਲਾਗੇ ਜਾਂਦਾ ਰਿਹਾ ਪਰ ਇੰਨੀ ਪ੍ਰਾਈਸ ਨਹੀਂ ਵਧੀ ਸੀਗੀ ਕਦੀ, ਠੀਕ ਹੈ ਨਾ। ਤੇ ਹੁਣ ਵਾਪਸ $100 ਤੇ ਬੈਰਲ ਆ ਗਿਆ ਤੇ ਪਰ ਪ੍ਰਾਈਸ ਦਾ ਕੋਈ ਫਰਕ ਹੀ ਨਹੀਂ ਪਿਆ, ਉਲਟਾ ਪ੍ਰਾਈਸ ਸਗੋਂ ਵੱਧ ਰਹੀ ਆ। ਸੋ ਇਹ ਇੱਕ ਬਹੁਤ ਜਿਹੜੀ ਆ ਮਤਲਬ ਕਿ ਡੇਂਜਰਸ ਸਿਚੁਏਸ਼ਨ ਹੈਗੀ ਆ, ਨਾਟ ਓਨਲੀ ਟਰੱਕਿੰਗ ਪਰ ਜਨਰਲ ਪਬਲਿਕਲੀ ਵੀ ਇਟਸ ਵੈਰੀ ਡੇਂਜਰਸ ਰਾਈਟ ਨਾਓ, ਕਿ ਜਿਹੜੀ ਸਪੀਡ ਦੇ ਨਾਲ ਪ੍ਰਾਈਸਿਸ ਜਿਹੜੀਆਂ ਵਧੀਆ ਹੈਗੀਆਂ ਤੇ ਜਿਹੜਾ ਕੱਚੇ ਤੇਲ ਦੀਆਂ ਪ੍ਰਾਈਸਿਸ ਥੱਲੇ ਆਉਣ ਤੋਂ ਬਾਅਦ ਵੀ ਜਿਹੜੀਆਂ ਇਹ ਜਿਹੜੀਆਂ ਆ ਰਹੀਆਂ ਹੈਗੀਆਂ ਥੱਲੇ ਨੂੰ। ਜੀ ਬਿਲਕੁਲ, ਜਿਹੜੀਆਂ ਡੀਜ਼ਲ ਦੀਆਂ ਪ੍ਰਾਈਸਿਸ ਆ ਉਹ ਬਿਲਕੁਲ ਉੱਪਰ ਗਈਆਂ, ਗੈਸ ਦੀਆਂ ਕੁਛ ਘਟੀਆਂ ਹੈਗੀਆਂ। ਐਵਰੇਜ ਕਹਿੰਦੇ ਗੈਲਨ ਆਫ ਡੀਜ਼ਲ $5.29 ਨੂੰ ਸੀ ਐਤਵਾਰ ਨੂੰ, ਜਿਹੜਾ ਕਿ 4.3% ਅਪ ਆ ਪਿਛਲੇ ਹਫ਼ਤੇ ਨਾਲੋਂ। ਸੋ ਉਹਦੇ ਨਾਲ ਨੈਚੁਰਲੀ ਜਿਹੜਾ ਪ੍ਰੋਫਿਟ ਮਾਰਜਨ ਆ ਉਹ ਤਾਂ ਟਰੱਕਾਂ ਵਾਲਿਆਂ ਦਾ ਘਟਣਾ ਹੀ ਹੈਗਾ ਆ। ਜੀ ਸੋ ਜਿਹੜਾ ਐਨਰਜੀ ਰਾਜਕਰਨ ਇੱਕ ਰਾਜਕਰਨ ਆਪਾਂ ਇੱਕ ਨਾ ਪਹਿਲਾਂ ਅੱਗੇ ਤੁਰਨ ਤੋਂ ਇੱਕ ਫੇਸਬੁੱਕ ਦਾ ਇੱਕ ਕਾਮੈਂਟ ਤੁਸੀਂ ਵੀ ਪੜ੍ਹੋ ਤੇ ਮੈਂ ਵੀ ਪੜ੍ਹ ਰਿਹਾ ਹੈਗਾ, ਰਮਨੀਕ ਮੰਡੇਰ ਹੁਣਾਂ ਦਾ ਹੈਗਾ ਤੇ ਮੇਰੇ ਖਿਆਲ ਰਮਨੀਕ ਮੰਡੇਰ ਹੁਣਾਂ ਨੂੰ ਇਹ ਕੋਈ ਵੀ ਨਿਊਜ਼ ਨਹੀਂ ਸੁਣਨੀ ਚਾਹੀਦੀ ਜਦੋਂ ਕਹਿੰਦੇ ਹੁੰਦੇ ਆ ਮਾਰਕੀਟ ਥੱਲੇ ਨੂੰ ਜਾ ਰਹੀ ਆ ਤੇ ਮਾਰਕੀਟ ਥੱਲੇ ਨੂੰ ਜਾ ਰਹੀ ਦੀ ਗੱਲ ਕਰਨੀ ਚੰਗੀ ਗੱਲ ਨਹੀਂ ਹੁੰਦੀ ਹੈ ਨਾ, ਕਿਉਂਕਿ ਕਹਿੰਦੇ ਹੁੰਦੇ ਨਾ ਵੀ ਉਹ ਅੱਖਾਂ ਮੀਟ ਕੇ ਬੈਠ ਜਾਓ ਤੇ ਮੌਤ ਟਲ ਜਾਊਗੀ, ਉਹਨੂੰ ਕਹਿੰਦੇ ਰੋਕਣਾ ਨੀ ਡਿੱਗਣ ਦੇ, ਮੂੰਹ ਦੇ ਮੂੰਹ ਲੱਤ ਬਾਂਹ ਟੁੱਟਦੀ ਟੁੱਟਣ ਦੇ, ਸਾਨੂੰ ਕੀ ਆ ਇਹ ਉਹ ਆ ਸਾਨੂੰ ਇਹ ਵਿਹਲੜ ਕਹਿੰਦੇ ਆ ਵੀ ਅਸੀਂ ਵਿਹਲੜ ਆ। ਚਲੋ ਠੀਕ ਆ ਭਾਈ, ਤੁਹਾਡੇ ਹਿਸਾਬ ਦੇ ਨਾਲ ਅਸੀਂ ਜਿਹੜੇ ਵਿਹਲੜ ਹੋਵਾਂਗੇ, ਪਰ ਭਾਈ ਬਾਕੀ ਲੋਕਾਂ ਨੂੰ ਪੁੱਛ ਕੇ ਜਿਹੜਾ ਉਹ ਜ਼ਰੂਰ ਜਿਹੜਾ ਉਹ ਦੇਖਿਓ, ਨੈਗੇਟਿਵਿਟੀ ਦੀ ਗੱਲ ਨਹੀਂ ਆ, ਖਬਰਾਂ ਹੁੰਦੀਆਂ ਜੀ ਖਬਰਾਂ, ਇਹਦਾ ਮਤਲਬ ਹੁੰਦਾ ਦਿਮਾਗ ਦਾ ਦਾਇਰਾ ਥੋੜ੍ਹਾ ਜਿਹਾ ਵਧਾਓ, ਖੋਪੜ ਨੂੰ ਥੋੜ੍ਹਾ ਜਿਹਾ ਖੋਲੋ ਇਸ ਦੇ ਵਿੱਚ, ਵੀ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਇਹ ਦੱਸਣ ਦਾ ਮਕਸਦ ਕੀ ਆ। ਫਿਰ 2007-2008 ਦੇ ਵਿੱਚ ਜਦੋਂ ਪਿਛਲਾ ਰਿਸੈਸ਼ਨ ਆਇਆ ਸੀ ਨਾ, ਜਦੋਂ ਮੰਦੀ ਛਾਈ ਸੀ, ਲੋਕ ਅੱਖਾਂ 'ਚ ਘਸੁੰਨ ਦੇ ਕੇ ਰੋਂਦੇ ਸੀਗੇ, ਲੋਕਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕੀ, ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ ਲੱਗਾ, ਜੇ ਹੁਣ ਪਤਾ ਲੱਗ ਰਿਹਾ ਤੇ ਕਹਿੰਦੇ ਆ ਜੀ ਇਹਨਾਂ ਨੂੰ ਕੰਮ ਕੋਈ ਨਹੀਂ ਹੈਗਾ ਹੋਰ। ਚੱਲ ਕੋਈ ਨਹੀਂ, ਸਾਡਾ ਧਿਆਨ ਹੋਰ ਪਾਸੇ ਡਾਇਵਰਟ ਕਰਨ ਨੂੰ ਇਦਾਂ ਦੇ ਬੰਦੇ ਨੂੰ ਛੱਡੋ, ਜੇ ਜ਼ਿਆਦਾ ਪ੍ਰੋਬਲਮ ਨਾ ਸੁਣੋ ਕਰਕੇ ਬਾਹਰ ਹੋ, ਠੀਕ ਹੈ ਕਿ ਨਹੀਂ।
ਸੋ ਜਦੋਂ ਇਹਨਾਂ ਕੁਝ ਪੋਜ਼ਿਟਿਵ ਦੱਸਦੇ ਆ ਪਿਛਲੇ 2 ਸਾਲਾਂ ਚ ਇੰਨੇ ਲੋਨਸ ਬਾਰੇ ਦੱਸਿਆ ਜਿਹੜਾ ਕਿਸੇ ਨੂੰ ਪਤਾ ਨਹੀਂ ਲੱਗਣਾ ਸੀ ਉਹਦੇ ਨਾਲ ਲਿਆ ਵੀ ਹੋਣਾ ਆ ਉਦੋਂ ਨਹੀਂ ਉਦੋਂ ਇਹਨਾਂ ਨੇ ਲੈ ਲਿਆ ਹੋਣਾ ਆ ਹੁਣ ਕਹਿੰਦੇ ਵੀ ਲੋਕੀ ਮਰਨ ਦੋ ਨੈਗੇਟਿਵ ਨਾਲੇ ਅਮਰੀਕਾ ਦੇ ਉਲਟ ਕਿੱਦਾਂ ਬੋਲਦੇ ਆ 1 ਮਿਲੀਅਨ ਅੱਜ ਦੀ ਖਬਰ ਆ 1 ਮਿਲੀਅਨ ਲੋਕ ਕੋਰੋਨਾ ਵਾਇਰਸ ਨਾਲ ਮਰ ਗਏ ਅਮਰੀਕਾ ਦੇ ਵਿੱਚ ਠੀਕ ਹੈ ਕਿ ਨਹੀਂ ਲੋਕਾਂ ਹਜੇ ਵੀ ਕਹੀ ਜਾਂਦੇ ਕੋਰੋਨਾ ਹੈ ਨੀ ਜੀ ਕੁਛ ਨੀ ਐਵੇਂ ਹੀ ਆ ਜਿਹੜੇ ਕਈ 27 ਲੋਕ ਹੈਗੇ ਆ 10 ਲੱਖ ਲੋਕ ਮਰ ਜਾਣਾ ਬਹੁਤ ਹੁੰਦੇ ਆ ਸੋ ਆਪਾਂ ਖਬਰਾਂ ਹੀ ਸੀ ਸ਼ੇਅਰ ਕਰਦੇ ਹਾਂ ਭਾਈ ਸਾਹਿਬ ਜ਼ਰੂਰ ਗੂਗਲ ਤੇ ਹੋਰ ਜਿਹੜੇ ਵੈਬਸਾਈਟ ਆ ਨਾ ਸਾਰੀਆਂ ਜਿਹੜੀਆਂ ਨਿਊਯਾਰਕ ਟਾਈਮ ਵਾਸ਼ਿੰਗਟਨ ਪੋਸਟ ਉਹ ਸਾਰੀਆਂ ਪੜ੍ਹਿਆ ਕਰੋ ਸੋ ਆਪਾਂ ਜਿਹੜੇ ਲੋਕਾਂ ਨੂੰ ਟਾਈਮ ਨਹੀਂ ਹੈ ਜਿਹਨਾਂ ਦੇ ਪਾਸ ਉਹੀ ਪੜ੍ਹ ਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਆਪਣੇ ਕੋਲੋਂ ਅਸੀਂ ਕੋਈ ਪ੍ਰੋਡਿਊਸ ਨਹੀਂ ਕਰਦੇ ਨਿਊਜ਼ ਜੀ ਤੇ ਆ ਡੀਜ਼ਲ ਸ਼ਾਰਟੇਜ ਦੇ ਵਿੱਚ ਦੱਸਦੇ ਜਾਈਏ ਰੋਜ਼ਾਨਾ ਦੀ ਖਪਤ ਡੀਜ਼ਲ ਦੀ US ਟਰਾਂਸਪੋਰਟੇਸ਼ਨ ਸੈਕਟਰ ਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਆ ਇਹ US ਦੀ ਐਨਰਜੀ ਇਨਫੋਰਮੇਸ਼ਨ ਐਡਮਿਨਿਸਟ੍ਰੇਸ਼ਨ ਕਹਿੰਦਾ ਵੀ ਰੋਜ਼ਾਨਾ ਤਕਰੀਬਨ 1 ਬਿਲੀਅਨ ਬੈਰਲ ਦੀ ਖਪਤ ਹੁੰਦੀ ਆ ਜਿਹੜਾ ਤਕਰੀਬਨ 122 ਮਿਲੀਅਨ ਗੈਲਨ ਪਰ ਡੇ ਬਣ ਜਾਂਦਾ ਆ ਹੁਣ 56 ਬਿਲੀਅਨ ਤੁਸੀਂ ਦੱਸਿਆ ਸੀ ਸ਼ਾਇਦ ਜਿਹੜੇ ਉਹ ਰਹਿ ਗਏ ਆ ਹੁਣ ਇਹ 68 ਦੇ ਉੱਤੇ ਆ ਜੇ ਮੰਨ ਲਓ ਵੀ ਚਲੋ ਡੀਜ਼ਲ ਆਉਣਾ ਤਾਂ ਨਹੀਂ ਬੰਦ ਹੁੰਦਾ ਚਲੋ ਨਿਕਲਦਾ ਵੀ ਆ ਲੈਂਦੇ ਵੀ ਆ ਜਿੱਧਰੋਂ ਵੀ ਆ ਪਰ ਇਹ ਜ਼ਰੂਰ ਖਤਰੇ ਵਾਲੀ ਗੱਲ ਹੁੰਦੀ ਆ ਵੀ ਜੇ ਰੱਬ ਨਾ ਕਰੇ ਅਚਾਨਕ ਸਾਰਾ ਕੁਛ ਕੰਮ ਠੱਪ ਹੋ ਜਾਂਦਾ ਹੈ ਅਤੇ ਅਮਰੀਕਾ ਜਿਹੜਾ ਡੀਜ਼ਲ ਆ ਉਹ ਸਿਰਫ 50 ਦਿਨ ਦੇ ਲਈ 56 ਦਿਨ ਦੇ ਲਈ ਚਲਾਉਣ ਜੋਗਾ ਰਹਿ ਜਾਊਗਾ ਸੋ ਇਹ ਡੈਫੀਨੇਟਲੀ ਇੱਕ ਖਤਰੇ ਵਾਲੀ ਗੱਲ ਆ ਕੀ ਰਮਨ ਜੀ ਇਹਦੇ ਵਿੱਚ ਜਿਹੜਾ ਬੀਤੇ ਦਿਨਾਂ 'ਚ ਬਾਈਡਨ ਹੁਣਾਂ ਨੇ ਫੈਸਲਾ ਲਿਆ ਸੀਗਾ ਵੀ 1 ਮਿਲੀਅਨ ਬੈਰਲ ਐਵਰੀ ਡੇ ਜਿਹੜਾ ਆ ਭੰਡਾਰ ਦੇ ਵਿੱਚੋਂ ਕੱਢਣਾ ਆ ਉਹਦੇ ਨਾਲ ਵੀ ਫਰਕ ਪਿਆ ਹੋਊਗਾ ਰਾਜ ਫਰਕ ਪੈਣਾ ਤਾਂ ਚਾਹੀਦਾ ਪਰ ਫਰਕ ਆਪਾਂ ਨੂੰ ਪ੍ਰਾਈਸਿਸ ਦੇ ਉੱਤੇ ਕੋਈ ਫਰਕ ਨਹੀਂ ਲੱਗ ਰਿਹਾ ਹੈਗਾ ਪ੍ਰਾਈਸਿਸ ਦੇ ਉੱਤੇ ਤਾਂ ਆਪਾਂ ਨੂੰ ਕੋਈ ਚੀਜ਼ ਨਹੀਂ ਦਿਖ ਰਹੀ ਹੈਗੀ ਵੀ ਇੱਦਾਂ ਦਾ ਕੋਈ ਐਕਸਟਰਾ ਮਿਲੀਅਨ ਬੈਰਲ ਜਿਹੜੇ ਆ ਉਹ ਜੇ ਇਸ਼ੂ ਕੀਤੇ ਹੈਗੇ ਆ ਤੇ ਉਹਦਾ ਕੋਈ ਫਰਕ ਪੈ ਰਿਹਾ ਹੈਗਾ ਜਾਂ ਉਹਦੇ ਲਈ ਕੋਈ ਗੱਲ ਹੋ ਰਹੀ ਹੈਗੀ ਆ ਸੋ ਆਈ ਡੋਂਟ ਨੋ ਮੈਨੂੰ ਵੀ ਇਸ ਚੀਜ਼ ਦੇ ਉੱਤੇ ਬਿਲਕੁਲ ਹੈਰਾਨੀ ਆ ਕਿ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਨਹੀਂ ਮਿਲ ਰਹੀਆਂ ਹੈਗੀਆਂ ਜਾਂ ਤੁਹਾਨੂੰ ਉਹਦਾ ਅਸਰ ਦਿਖਣਾ ਚਾਹੀਦਾ ਪਰ ਅਸਰ ਨਹੀਂ ਦਿਖ ਰਿਹਾ ਨਾ ਮਤਲਬ ਕਿ ਠੀਕ ਹੈ ਕੀਤਾ ਆ ਉਹਨਾਂ ਨੇ ਬਹੁਤ ਕੰਮ ਕੀਤਾ ਪਰ ਉਹਦੇ ਲਈ ਅਸਰ ਜਿਹੜਾ ਹੈਗਾ ਉਹ ਨਹੀਂ ਦਿਖ ਰਿਹਾ ਹੈਗਾ ਸੋ ਉਹਦੇ ਤੇ ਗੱਲ ਕਰਨ ਦੀ ਲੋੜ ਹੈਗੀ ਆ ਤੇ ਰਾਜਾ ਇੱਥੇ ਦੱਸਦਾ ਕਿ ਜਿਹੜੀ ਇੰਟਰਨੈਸ਼ਨਲ ਰੋਡ ਚੈੱਕ ਹੈਗਾ ਆ ਉਹ 17, 18 ਤੇ 19 ਨੂੰ ਹੈਗਾ ਆ ਤੇ ਜਿਹਦੇ ਉੱਤੇ ਇਸ ਵਾਰੀ ਜਿਹੜੀ DOT ਹੈਗੀ ਆ ਉਹਨਾਂ ਦਾ ਫੋਕਸ ਜਿਹੜਾ ਹੈਗਾ ਆ ਉਹ ਵੀਲ ਐਂਡ ਜਿਹੜੇ ਚੱਕੇ ਦੇ ਐਂਡ ਹੈਗੇ ਆ ਕੋਈ ਵੀ ਚੀਜ਼ ਜਿਹੜੀ ਤੁਹਾਡੀ ਵੀਲ ਦੇ ਐਂਡ ਤੇ ਹੈਗੀ ਆ ਉੱਥੇ ਉਹਨਾਂ ਦਾ ਧਿਆਨ ਰਹਿਣਾ ਹੈਗਾ ਸੋ ਜਿਹੜੇ ਮਤਲਬ ਕਿ ਵੀਰ ਇਸ ਵੇਲੇ ਕਈ ਬਹੁਤ ਮੈਂ ਦੇਖਿਆ ਕਿ ਕੰਪਨੀ ਜਿਹੜੀਆਂ ਹੈਗੀਆਂ ਜਾਂ ਬੰਦੇ ਜਿਹੜੇ ਹੈਗੇ ਆ ਉਹ ਸਿੰਪਲੀ ਟਰੱਕ ਖੜੇ ਹੀ ਕਰ ਦਿੰਦੇ ਵੀ ਚਲੋ ਛੱਡੋ 2-3 ਦਿਨ ਆਪਾਂ ਛੁੱਟੀ ਬਣਾ ਲਓ ਪਰ ਜਿਹਨਾਂ ਨੇ ਤੁਸੀਂ ਰੋਡ ਤੇ ਹੋਣਾ ਆ ਮਈ 17, 18, 19 ਨੂੰ ਇਹ ਜਿਹੜਾ ਆ ਇਹ ਜਿਹੜਾ ਇੰਟਰਨੈਸ਼ਨਲ ਰੋਡ ਚੈੱਕ ਹੈਗਾ ਇਹ ਕੰਟੀਨਿਊਸਲੀ 72 ਆਵਰਸ ਲਈ ਚੱਲਣਾ ਹੈਗਾ ਜਿਹੜਾ ਕਿ ਆਪਣੇ US ਕੈਨੇਡਾ ਤੇ ਮੈਕਸੀਕੋ ਤਿੰਨੇ ਕੰਟਰੀ ਜਿਹੜੇ ਰਲ ਕੇ ਜਿਹੜੇ ਆ ਇੰਟਰਨੈਸ਼ਨਲ ਰੋਡ ਚੈੱਕ ਨੂੰ ਇਹ ਦਿੰਦੇ ਆ ਇੰਜਾਮ ਦਿੰਦੇ ਆ ਸੋ ਇਹ ਇਸ ਰੋਡ ਚੈੱਕ ਦੇ ਉੱਤੇ ਜਿਹੜਾ ਆ ਉਹ ਵੀਲ ਐਂਡ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਫੋਕਸ ਰਹੂਗਾ ਸੋ 3 ਦਿਨ ਅਗਲੇ ਮੰਗਲਵਾਰ ਤੋਂ ਅਗਲੇ ਵੀਰਵਾਰ ਤੱਕ ਜਿਹੜਾ ਇਹ ਰਹਿਣਾ ਆ ਸੋ 17, 18, 19 3 ਦਿਨ ਜਿਹੜੇ ਇੰਸਪੈਕਸ਼ਨਸ ਜਿਹੜੀਆਂ ਚੱਲਣੀਆਂ ਉਹ ਤਾਂ ਚਲੋ ਤੁਹਾਨੂੰ ਆਲ ਦਾ ਟਾਈਮ ਆਪਣਾ ਪੇਪਰ ਵਰਕ ਵਗੈਰਾ ਸਾਰਾ ਹੀ ਪੂਰਾ ਕਰਕੇ ਰੱਖਣਾ ਜਿਹੜਾ ਉਹ ਚਾਹੀਦਾ ਆ ਇਹਨਾਂ ਦਿਨਾਂ ਦੇ ਵਿੱਚ ਥੋੜ੍ਹਾ ਜ਼ਿਆਦਾ ਧਿਆਨ ਰੱਖੋ ਵੀ ਗਲਤੀਆਂ ਜਿਹੜੀਆਂ ਉਹ ਬਿਲਕੁਲ ਵੀ ਨਾ ਹੋਣ ਕਿਤੇ ਕੋਈ ਅਣਗਹਿਲੀ ਜਿਹੜੀ ਆ ਉਹ ਨਾ ਰਹਿ ਜਾਵੇ ਆਊਟ ਆਫ ਸਟੇਟਸ ਨਾ ਹੋ ਜਾਇਓ ਬਾਅਦ ਦੇ ਵਿੱਚ ਐਵੇਂ ਲੰਬੀਆਂ ਚੌੜੀਆਂ ਭਾਰੀਆਂ ਟਿਕਟਾਂ ਜਿਹੜੀਆਂ ਉਹ ਨਾ ਦੇਣੀਆਂ ਜਿਹੜੀਆਂ ਉਹ ਪੈ ਜਾਣ ਸੋ ਉਸ ਚੀਜ਼ ਤੋਂ ਤੁਸੀਂ ਬਚਾਅ ਜਿਹੜਾ ਉਹ ਰੱਖਿਓ ਅਤੇ ਰਮਨ ਜੀ ਆਪਾਂ ਉਸ ਮੁੱਦੇ ਦੇ ਉੱਤੇ ਮੁੜ ਦੁਬਾਰਾ ਹਰਜੋਤ ਜੀ ਵਾਪਸ ਗੱਲ ਕਰਦੇ ਹਾਂ ਜਿਹੜੀ ਡੀਜ਼ਲ ਦੇ ਪ੍ਰਾਈਸ ਨੂੰ ਜਿਹੜਾ ਉਹ ਲੈ ਕੇ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਬੈਰਲਸ ਆਪਣੇ ਭੰਡਾਰ 'ਚੋਂ ਅਮਰੀਕਾ ਉਹ ਵੀ ਵੰਡ ਰਿਹਾ ਆ ਉਹ ਵੀ ਕਹਿੰਦਾ ਵੀ ਲੈ ਲਓ ਅਸੀਂ ਪ੍ਰਾਈਸ ਜਿਹੜੀ ਉਹ ਘਟੇ ਕਈ ਸੂਬੇ ਆਪਣੇ ਪੱਧਰ ਦੇ ਉੱਤੇ ਟੈਕਸ ਕੱਟ ਦੀ ਗੱਲ ਕਰ ਰਹੇ ਪਰ ਇਵੈਂਚੁਅਲੀ ਪ੍ਰੋਬਲਮ ਕੀ ਆ ਰਹੀ ਆ ਰਿਕਾਰਡ ਤੋੜ ਪ੍ਰੋਫਿਟ ਜਿਹੜੇ ਰਿਫਾਈਨਰੀਆਂ ਆ ਉਹਨਾਂ ਦੇ ਜਿਹੜੇ ਮਾਲਕਾਂ ਵੱਡੀਆਂ ਵੱਡੀਆਂ BP ਹੋ ਗਿਆ ਸ਼ੈਲ ਹੋ ਗਈਆਂ ਇੱਦਾਂ ਦੀਆਂ ਨੂੰ ਪਹਿਲੇ ਕੁਆਟਰ 'ਚ ਰਿਕਾਰਡ ਤੋੜ ਪ੍ਰੋਫਿਟ ਆ ਇਹਦਾ ਮਤਲਬ ਉਹਨਾਂ ਨੂੰ ਲੋਕਾਂ ਦੀ ਇਸ ਟਾਈਮ ਕੋਈ ਪਰਵਾਹ ਨਹੀਂ ਆ ਆ ਹੁਣ ਮੈਨੂੰ ਤੇ ਵਿੱਚ ਜੇ ਇੱਦਾਂ ਲੱਗ ਰਿਹਾ ਵੀ ਜਿਹੜਾ ਫਿਊਲ ਕਰੰਚ ਦੀ ਗੱਲ ਕਰ ਰਹੇ ਆ ਇਹ ਪ੍ਰਾਈਸ ਹੋਰ ਵਧਾਉਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਜਿਹੜਾ ਸ਼ਗੂਫਾ ਜਿਹਾ ਜਿਹੜਾ ਉਹ ਛੱਡ ਦਿੱਤਾ ਵੀ ਭਾਈ ਹੋਰ ਮਹਿੰਗਾ ਜਿਹੜਾ ਉਹ ਕਰ ਦਈਏ ਬੈਰਲ ਜਿਹੜਾ ਉੱਥੇ ਸਟੇਬਲ ਆ ਤਕਰੀਬਨ ਪਰ ਪ੍ਰਾਈਸ ਜਿਹੜਾ ਉਹ ਵੱਧਦਾ ਜਾ ਰਿਹਾ
ਇਹ ਵਿੱਚੋਂ ਮੁਨਾਫਾ ਘਟਾਉਣ ਨੂੰ ਰਾਜੀ ਹੋਈ ਨੀ, ਵਧਾਈ ਜਾਣਦੇ ਆ, ਲੁੱਟੀ ਹੋਈ ਜਾਣਦੇ ਆ। ਸੋ ਬਿਲਕੁਲ ਰਾਜਕੁਮਾਰ ਜੀ, ਰਮਨ ਜੀ ਜਿਹੜਾ ਨਾ ਦੇਖੋ 2 ਸਾਲ ਪਹਿਲਾਂ ਹਜੇ $2.68 ਨੂੰ ਸੀ ਡੀਜ਼ਲ ਜਦੋਂ ਪ੍ਰੈਜ਼ੀਡੈਂਟ ਟਰੰਪ ਸੀ, ਰਾਈਟ ਨਾਓ $5.25 ਆ। ਬਹੁਤ ਸਾਰੇ ਜਿਹੜੇ ਲੋਕ ਆ ਨਾ ਉਹਨਾਂ ਨੂੰ ਇਹ ਭੁਲੇਖਾ ਆ ਵੀ ਜਿਹੜੇ ਗੈਸ ਦੇ ਉੱਤੇ ਡਿਪੈਂਡ ਆ, ਅਮੈਰੀਕਨਸ ਸਾਰੇ ਡਰਾਈਵ ਕਰਦੇ ਗੈਸੋਲੀਨ ਦੇ ਉੱਤੇ, ਪਰ ਜਿਹੜੀ ਅਮੈਰੀਕਾ ਦੀ ਇਕੋਨਮੀ ਆ ਉਹ ਡੀਜ਼ਲ ਫਿਊਲ ਦੇ ਉੱਤੇ ਡਰਾਈਵ ਕਰਦੀ ਆ। ਇਹ ਬਹੁਤ ਲੋਕਾਂ ਨੂੰ ਭੁਲੇਖਾ। ਸੋ ਡੀਜ਼ਲ ਫਿਊਲ ਦੇ ਉੱਤੇ ਜਿਹੜਾ ਆ ਵਾਈਟ ਹਾਊਸ ਨੂੰ ਕੰਮ ਕਰਨਾ ਚਾਹੀਦਾ, ਕਿਉਂਕਿ ਸਾਰਾ ਕੁਛ ਤਾਂ ਉਹਦੇ ਤੇ ਚੱਲਣਾ ਹੈ। ਠੀਕ ਹੈ ਜੀ। ਨਹੀਂ ਬਿਲਕੁਲ ਜੀ ਬਿਲਕੁਲ, ਇਹ ਤਾਂ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਜ਼ਰੂਰੀ ਹੈਗੀਆਂ। ਸੋ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਆ ਧਿਆਨ ਦੇਣਾ ਚਾਹੀਦਾ, ਔਰ ਸਾਡੀ ਜਿਹੜੀ ਸੋਚ ਆ ਔਰ ਜਿਹੜੀ ਦੌੜ ਆ ਉਹ ਵੀ ਇਸ ਪਾਸੇ ਨੂੰ ਹੈਗੀ ਆ ਕਿ ਇਸ ਚੀਜ਼ ਦੇ ਉੱਤੇ ਧਿਆਨ ਦਿੱਤਾ ਜਾਵੇ, ਕਿਉਂਕਿ ਗੱਲ ਹੁੰਦੀ ਹੈ ਨਾ ਕਈ ਵਾਰੀ ਇੱਕ ਲੌਜਿਕ ਹੁੰਦਾ, ਇੱਕ ਚੀਜ਼ ਸਮਝ ਆਉਂਦੀ ਆ ਕਿ ਚਲੋ ਠੀਕ ਆ ਆਹ ਚੀਜ਼ ਹੋ ਗਈ, ਇੱਦਾਂ ਹੋ ਗਿਆ, ਇੱਦਾਂ ਹੋ ਗਿਆ। ਠੀਕ ਹੈ ਨਾ, ਇੱਕ ਲੌਜਿਕ ਬਣ ਜਾਂਦਾ, ਇਹਦਾ ਕੋਈ ਲੌਜਿਕ ਨਹੀਂ ਬਣ ਰਿਹਾ ਹੈਗਾ, ਕੋਈ ਵੀ ਕਿਸੇ ਹਿਸਾਬ ਦੇ ਨਾਲ ਸਮਝ ਨਹੀਂ ਆ ਰਹੀ ਹੈਗੀ ਕਿ ਵਾਈ ਦਾ ਪ੍ਰਾਈਸ ਆ ਇਨਕਰੀਜ਼ਿੰਗ। ਫਿਰ ਜਿਹੜੀਆਂ ਓਇਲ ਕੰਪਨੀਜ਼ ਹੈਗੀਆਂ ਨੇ ਰੈਕਡ ਪ੍ਰੋਫਿਟ ਸ਼ੋਅ ਕਰ ਰਹੀਆਂ, ਠੀਕ ਹੈ ਨਾ, ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਰੈਕਡ ਪ੍ਰੋਫਿਟ ਸ਼ੋਅ ਕਰ ਰਹੀਆਂ ਹੈਗੀਆਂ ਜੀ। ਸੋ ਆਪਾਂ ਸਰੋਤਿਆਂ ਦੀ ਵੀ ਗੱਲਾਂ ਲੈਣੀਆਂ ਰਾਜਕਰਮੀ ਸਿੰਘ ਜੀ, ਬਿਲਕੁਲ ਕੀ ਉਹਨਾਂ ਦੇ ਵਿਚਾਰ ਆ ਜੀ? ਬਿਲਕੁਲ ਸਰੋਤੇ, ਤੁਸੀਂ ਕਾਲ ਕਰ ਸਕਦੇ ਹੋ 408-272-5200 408-272-5200 ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰ ਸਕਦੇ ਆ। ਆਈ ਥਿੰਕ ਇਹ ਵੇਲਾ ਹੈਗਾ, ਵਕਤ ਹੈਗਾ ਲੋਕਾਂ ਨੂੰ, ਇਹ ਹੁਣ ਸਰਕਾਰਾਂ ਦੇ ਨਾਲ ਨਾਲ ਇਹਨਾਂ ਕੰਪਨੀਆਂ ਨੂੰ ਵੀ ਸਵਾਲ ਜਿਹੜੇ ਉਹ ਹੋਣੇ ਚਾਹੀਦੇ ਆ ਵੀ ਭਾਈ ਇੰਨਾ ਮਾਰਜਨ ਜਿਹੜਾ ਵਿੱਚ ਰੱਖ ਕੇ ਤੁਸੀਂ ਚੱਲ ਰਹੇ ਆ, ਨੋ ਡਾਊਟ ਕੈਪੀਟਲਿਸਟ ਮੁਲਕ ਹੈਗਾ ਆ, ਪਰ ਲੋਕਾਂ ਦਾ ਮਾੜਾ ਮੋਟਾ ਦਾ ਧਿਆਨ ਰੱਖੋ, ਕੋਈ ਉੱਤਰ ਜਿਹਾ ਜਿਹੜਾ ਇਹਨਾਂ ਦੇ ਕੋਲ ਬਣ ਨਹੀਂ ਰਿਹਾ ਵੀ ਬਾਕੀ ਸਾਰਾ ਕੁਛ ਉਸੇ ਹਿਸਾਬ ਦੇ ਨਾਲ ਸਟੇਬਲ ਆ, ਤੇ ਅਮਰੀਕਾ ਕਿਹੜਾ ਕੱਲਾ ਯੂਕਰੇਨ ਤੇ ਰੂਸ ਦੇ ਉੱਤੇ ਪੂਰੀ ਤਰ੍ਹਾਂ ਨਿਰਭਰ ਆਪਣੇ ਡੀਜ਼ਲ ਦੇ ਲਈ ਸਾਰਾ ਕੁਛ ਆ। ਹੁਣ ਤਾਂ ਚਲੋ ਪ੍ਰਸ਼ਾਸਨ ਕਹਿ ਰਿਹਾ ਵੀ ਕੱਢੋ ਤੇਲ ਅਮਰੀਕਾ ਦੇ ਵਿੱਚੋਂ ਵੀ ਤੁਸੀਂ ਕੱਢਣਾ ਸ਼ੁਰੂ ਕਰੋ, ਕਿਉਂਕਿ ਡੈਮੋਕਰੇਟਾਂ ਨੇ ਆ ਕੇ ਪਹਿਲਾਂ ਇਸ ਚੀਜ਼ ਦੇ ਉੱਤੇ ਰੋਕ ਲਾਈ ਸੀ ਬਾਈਡਨ ਹੋਣਾ ਨੇ, ਤੇ ਹੁਣ ਉਹਨਾਂ ਨੂੰ ਇਵੈਂਚੁਅਲੀ ਉਹ ਚੀਜ਼ ਕਰਨੀ ਪੈ ਰਹੀ ਆ। ਵੈਨੇਜ਼ੁਏਲਾ ਦੇ ਮੂਹਰੇ ਹੱਥ ਅੱਡ ਕੇ ਜਿਹੜੇ ਹੁਣ ਖੜੇ ਆ ਵੀ ਭਾਈ ਸਾਨੂੰ ਹੋਰ ਕਰੂਡ ਆਇਲ ਜਿਹੜਾ ਆ ਉਹ ਦੇ ਦਿਓ। ਸੋ ਕੁਛ ਨਾ ਕੁਛ ਤਾਂ ਐਨਰਜੀ ਇੰਡੀਪੈਂਡੈਂਸ ਕਰਨ ਦੇ ਲਈ ਇਹਨਾਂ ਨੂੰ ਸਖ਼ਤ ਕਦਮ ਚੱਕਣ ਦੀ ਜ਼ਰੂਰਤ ਹੈ, ਅਤੇ ਬਾਕੀ ਕੰਪਨੀਆਂ ਨੂੰ ਵੀ ਮਾੜਾ ਮੋਟਾ ਸਵਾਲ ਪੁੱਛੋ ਵੀ ਭਾਈ ਇੰਨਾ ਪ੍ਰੋਫਿਟ ਜਾਣਾ ਕਿੱਥੇ ਆ, ਕਿਹੜਾ ਨਾਲ ਚਲੇ ਜਾਣਾ, ਸਾਰਾ ਕੁਛ ਥੋੜ੍ਹਾ ਬਹੁਤਾ ਤਾਂ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ।